ਵਜ਼ਨ ਘਟ ਕਰਨ ਲਈ ਘਰੇਲੂ ਨੁਸਖੇ ਨੰਬਰ 1 ਇੱਕ ਗਲਾਸ ਹਲਕੇ ਗਰਮ ਪਾਣੀ 'ਚ ਇੱਕ ਚਮਚ ਕਾਲੀ ਮਿਰਚ ਪਾਊਡਰ ਚਾਰ ਚਮਚ ਨਿੰਬੂ ਦਾ ਰਸ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਸਵੇਰੇ ਪੀਣ ਨਾਲ ਭਾਰ ਘਟ ਹੁੰਦਾ ਹੈ ਨੰਬਰ 2 ਸਵੇਰੇ ਖਾਲੀ ਪੇਟ ਗਰਮ ਪਾਣੀ 'ਚ ਨਿੰਬੂ ਨਿਚੋੜ ਕੇ ਉਸ 'ਚ ਇੱਕ ਚਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਣ ਨਾਲ ਵੀ ਭਾਰ ਘਟ ਹੁੰਦਾ ਹੈ ਨੰਬਰ 3 ਪੱਤਾ ਗੋਭੀ ਭਾਰ ਘਟਾਉਣ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਪੱਤਾ ਗੋਭੀ ਦੇ ਪੱਤੇ ਉਬਾਲ ਕੇ ਖਾਣ ਨਾਲ ਭਾਰ ਜਲਦੀ ਘਟ ਹੋਣ ਲੱਗਦਾ ਹੈ ਨੰਬਰ 4 ਭੋਜਨ ਤੋਂ ਪਹਿਲਾਂ ਟਮਾਟਰ ਦਾ ਸੂਪ ਪੀਣ ਜਾਂ ਕੱਚੇ ਟਮਾਟਰ ਖਾਣ ਨਾਲ ਵੀ ਭਾਰ ਘਟਾਉਣ 'ਚ ਮਦਦ ਮਿਲਦੀ ਹੈ ਨੰਬਰ 5 ਭਾਰ ਘਟਾਉਣ ਲਈ ਵੱਧ ਤੋਂ ਵੱਧ ਹਰੀਆਂ ਪੱਤੇਦਾਰ ਸਬਜ਼ੀਆਂ ਖਾਓ ਇਨ੍ਹਾਂ 'ਚ ਕਈ ਅਸ਼ੁੱਧਿ ਗੁਣ ਹੁੰਦੇ ਹਨ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਨੰਬਰ 6 ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਸਵੇਰ ਦਾ ਨਾਸ਼ਤਾ ਮਦਮ ਮਾਤਰਾ ਵਿੱਚ ਲੈਣਾ ਚਾਹੀਦਾ ਹੈ ਦੁਪਹਿਰ ਦਾ ਖਾਣਾ ਪੇਟ ਪਰ ਖਾਣਾ ਚਾਹੀਦਾ ਹੈ ਕਿਉਂਕਿ ਦੁਪਹਿਰ ਦੇ ਸਮੇਂ ਪਾਚਨ ਤੰਤਰ ਸਭ ਤੋਂ ਵੱਧ ਸਰਗਰਮ ਹੁੰਦਾ ਹੈ ਨੰਬਰ 7 ਰਾਤ ਦਾ ਖਾਣਾ ਸੌਣ ਤੋਂ 3-4 ਘੰਟੇ ਪਹਿਲਾਂ ਖਾਓ ਕਿਉਂਕਿ ਰਾਤ ਵੇਲੇ ਪਾਚਨ ਤੰਤਰ ਬਹੁਤ ਹੌਲੀ ਕੰਮ ਕਰਦਾ ਹੈ ਅਜਿហេਤ ਖਾਣਾ ਜਲਦੀ ਨਹੀਂ ਪਚਦਾ ਨੰਬਰ 8 ਭੋਜਨ ਨੂੰ ਹਮੇਸ਼ਾ ਲੰਬੇ ਸਮੇਂ ਤੱਕ ਚਬਾ ਕੇ ਖਾਣਾ ਚਾਹੀਦਾ ਹੈ ਇਸ ਨਾਲ ਸਰੀਰ ਦਾ ਭਾਰ ਕੰਟਰੋਲ 'ਚ ਰਹਿੰਦਾ ਹੈ ਨੰਬਰ 9 ਭੋਜਨ ਹੋ ਸਕੇ ਤਾਂ ਇਸ ਨੂੰ ਥੋੜਾ ਗਰਮ ਕਰਕੇ ਖਾਓ ਠੰਡੇ ਭੋਜਨ ਨਾਲੋਂ ਗਰਮ ਭੋਜਨ ਜ਼ਿਆਦਾ ਜਲਦੀ ਪਚ ਜਾਂਦਾ ਹੈ ਨੰਬਰ 10 ਦਿਨ ਭਰ 'ਚ ਥੋੜਾ ਥੋੜਾ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਭੋਜਨ ਪਚਦਾ ਰਹੇ ਭੋਜਨ ਨੂੰ ਹজম ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ ਹਾਲਾਂਕਿ ਖਾਣਾ ਖਾਂਦੇ ਸਮੇਂ ਪਾਣੀ ਨਾ ਪੀਓ ਨੰਬਰ 11 ਬਾਸੀ ਜਾਂ ਇੱਕ ਦਿਨ ਪਹਿਲਾਂ ਦਾ ਬਚਿਆ ਹੋਇਆ ਭੋਜਨ ਨਾ ਖਾਓ ਪ੍ਰੋਸੈਸ ਫੂਡ ਦਾ ਸੇਵਨ ਕਰਨ ਤੋਂ ਵੀ ਪਰਹੇਜ਼ ਕਰੋ ਇਸ ਨਾਲ ਬਹੁਤ ਜ਼ਿਆਦਾ ਭਾਰ ਵੱਧਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ